ਉਹ ਚ ਕਿੰਨੇ ਕੁ ਮੁਸਲਮਾਨ ਸੀਗੇ? ਉਹਦੇ ਵਿੱਚ ਤਕਰੀਬਨ 50% ਮੁਸਲਮਾਨ ਤੇ। ਉਹਨੂੰ ਸ਼ੇਖਪੁਰ ਕਿਉਂ ਕਹਿੰਦੇ ਸੀ? ਸ਼ੇਖਪੁਰ ਇਹ ਨਹੀਂ ਪਤਾ ਵੀ ਕਿਉਂ ਕਹਿੰਦੇ ਸੀ। ਕਹਿੰਦੇ ਸ਼ੇਖਾਂ ਦਾ ਸੀਗਾ ਉਹ। ਹੋ ਸਕਦਾ ਐਨੀ। ਹਾਂਜੀ ਅੱਛਾ, ਹੁਣ ਇਹ ਦੱਸੋ ਕਿ ਲੋਕ ਜਿਹੜੇ ਸੀ ਆਪਸ 'ਚ ਵਧੀਆ ਰਹਿੰਦੇ ਸੀਗੇ? ਸਭ ਕੁਛ ਵਧੀਆ, ਸਾਡੇ ਨਾਲ ਤਾਂ ਬਹੁਤ ਪਿਆਰ ਤਾ। ਜਦ ਪੁਆੜਾ ਪਿਆ, ਵੰਡ ਦੀ ਗੱਲ ਹੋਣੀ ਸ਼ੁਰੂ ਹੋਈ, ਪਿੰਡਾਂ ਦਾ ਮਾਹੌਲ ਕਿਆ ਬਣਿਆ, ਕਿੱਦਾਂ ਹੋਇਆ? ਮੌਕਾ ਦਾ ਮਾਹੌਲ ਹੁੰਦਾ, ਜਦ ਕੌਣ ਪੁੱਛਦਾ ਤਾਂ ਕਿਸੇ ਨੂੰ। ਹਾਂ, ਸਾਡੇ ਪਿੰਡ ਬਾਅਦ ਵਿੱਚ ਫਿਰ ਇੱਥੇ ਇੱਕ ਮੁਸਲਮਾਨਾਂ ਦਾ ਮੁੰਡਾ ਵੀ ਆਇਆ ਤਾਂ ਮਿਲਣ ਵਾਸਤੇ ਸਾਨੂੰ ਇੱਥੇ। ਕਿਹੜੇ ਸੰਨ 'ਚ ਆਇਆ ਸੀ? ਇਹ ਨਹੀਂ ਪਤਾ ਕਿਹੜੇ ਸੰਨ 'ਚ ਆਇਆ ਤਾ ਉਹ। ਉਧਰੋਂ ਆਇਆ ਸੀ, ਲਹਿੰਦੇ ਪੰਜਾਬ 'ਚੋਂ। ਹਾਂਜੀ ਅੱਛਾ, ਆਇਆ ਤਾ ਉਹ। ਅਸੀਂ ਉਹਦਾ ਬਹੁਤ ਸਤਿਕਾਰ ਕਰਿਆ ਤਾ, ਉਹਨੂੰ ਪੱਗਾਂ ਦਿੱਤੀਆਂ ਤੀਆਂ, ਉਹ ਕੱਪੜੇ ਦਿੱਤੇ ਤੇ, ਉਹਦੀ ਇੱਜ਼ਤ ਬਹੁਤ ਕਰੀ ਤੀ ਪਿੰਡ ਵਾਲਿਆਂ ਨੇ ਸਾਰਿਆਂ ਨੇ। ਅੱਛਾ, ਜੇ ਇੱਕ ਗੱਲ ਦੱਸੋ, ਜੇ ਹੁਣ ਆਜ ਵੀ ਉੱਥੋਂ ਕੋਈ ਹੈ ਨਾ, ਸਾਡੀ ਆ ਜਿਹੜੇ ਵੀਡੀਓ ਚੱਲਦੇ ਰਹਿੰਦੇ, ਦੇਖਦੇ ਰਹਿੰਦੇ ਲੋਕੀ।